नमस्कार जी, मैं हाँ बलविंदर हाली ते तुसी देख रहे हो पंजाब डायरी। फरीदकोट जिले दे विच शरेआम विक रहे चिट्टे बारे पुलिस दे दफ्तर विच आ के एक व्यक्ति वल्लों जानकारी देण पेट्रोल वाली बोतल नाल लिया के अपने उत्ते पेट्रोल छिड़क के अग लाउण दी गल करन, इस सब कुछ दे बावजूद पुलिस दे हत्थ हाले तक खाली आ। मेरी नौह जी वकील है, वकील भी मतलब बुरा हाल है जी। अरोलमेंट अभी यदि नहीं करा सकते जी, इन्ना दिन का बुरा हाल है जी। मैं प्रशासन को बेनती करता, मैं सरकार को भी बेनती करता भाई जी, ये बचाओ जी, जो बच सकते पंजाब के बच्चे बचा लो, पंजाब का नौजवान बचा लो। घटना है फरीदकोट जिले के जैतो की, जिथे एक दुखी प्यो हाथ विच पेट्रोल की बोतल से माचिस लैके DSP जैतो के दफ्तर विच पहुँच गया। मंग की सी, मंग यह सी कि उसके तीन पुत ने ते तिने पुत चिट्टे दे आदि हो गए। जैतो विच शरेआम चिट्टा विक रहा ते सियासी लीडर की शह ते विक रहा, पर पुलिस उन्होंने फड़न विच नाकाम हो रही है। ਲੋਕਾਂ ਦੇ ਨੌਜਵਾਨਾਂ ਪੁੱਤਾਂ ਦਾ ਪੁੰਨ ਲੈ ਲਓ, ਕਿਆ ਮਤਲਬ ਜੀ, ਇਹ ਲੀਡਰਾਂ ਦੇ ਮਗਰ ਲਾ ਕੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕਦਮ ਕਰਨਾ ਚਾਹੁੰਦੇ ਹੋ। ਮੈਂ ਤਾਂ ਇਹ ਸੋਚਦਾ ਵੀ ਜੇਕਰ ਤੁਸੀਂ ਬੈਂਕ ਜੱਟ ਨੂੰ ਅੰਬਾਲੇ ਜਾ ਕੇ ਫੜ ਸਕਦੇ ਹੋ, ਬੰਬੇ ਜਾ ਕੇ ਫੜ ਸਕਦੇ ਹੋ, ਕੀ ਯਾਰ ਤੋਂ ਚਿੱਟਾ ਜੈਤੋ ਤਾਂ ਨਹੀਂ ਫੜੀ ਜਾਗਾ। ਮੈਂ ਪੁਲਿਸ ਨੂੰ ਇਹ ਗੱਲ ਕਰਦਾ, ਤੁਹਾਡੇ ਪੁੱਤ ਤੀ ਵੀ ਨੌਜਵਾਨ ਹੈ, ਕੱਲ੍ਹ ਨੂੰ ਇਹ ਵੀ ਲੱਗ ਸਕਦੇ ਆ ਜਿਵੇਂ ਮੈਂ ਦੁਖੀ ਬੋਲ ਰਿਹਾ, ਜਿਵੇਂ ਮੈਂ ਦੁਖੀ ਬੋਲ ਰਿਹਾ। ਜੇਕਰ ਮਤਲਬ ਲੀਡਰ ਹੈ ਉਹ ਨਹੀਂ ਕਰਨਗੇ ਡਿਪਟੀ ਸਾਹਿਬ ਨੂੰ, ਤਾਂ ਡਿਪਟੀ ਸਾਹਿਬ ਆਨੇ ਕਰ ਦੇਣਗੇ ਨਸ਼ਿਆਂ ਵਾਲਿਆਂ ਦੇ, ਕਿਉਂਕਿ ਕੋਈ ਵੀ ਲੀਡਰ ਉਹ ਹੈ ਉਹ ਕਰਦਾ ਡਿਪਟੀ ਸਾਹਿਬ, ਇਹ ਤਾਂ ਮੈਂ ਕੌਣ ਮੇਰਾ ਜੀ ਇਹ ਡਿਪਟੀ ਸਾਹਿਬ ਤੂੰ ਜਾਈ ਨਾ, ਇਹ ਲੀਡਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਵਿਕਦਾ ਨਹੀਂ। ਹੋ ਸਕਦਾ ਇੱਥੋਂ ਦਾ MLA ਵਿਕਾਉਂਦਾ ਹੋਵੇ, ਹੋ ਸਕਦਾ ਇੱਥੋਂ ਦਾ ਕੋਈ ਹੋਰ ਲੀਡਰ ਵਿਕਾਉਂਦਾ, ਤਾਂ ਕਾਂਗਰਸੀ ਆ ਜੀ, ਪਹਿਲਾਂ ਅਕਾਲੀ ਵਿਕਾਉਂਦੇ ਸੀ ਹੁਣ ਕਾਂਗਰਸੀ ਆ। ਦੁਖੀ ਪਿਓ ਸਿਰਫ ਫਰੀਦਕੋਟ ਦੇ ਪੁਲਿਸ ਅਧਿਕਾਰੀਆਂ ਨੂੰ ਹੀ, ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬੇਨਤੀਆਂ ਕਰ ਕਰ ਥੱਕ ਰਿਹਾ ਅਤੇ ਰੋ ਰਿਹਾ ਅਤੇ ਕੁਰਲਾ ਰਿਹਾ ਕਿ ਪੰਜਾਬ ਦੀ ਪੀੜ੍ਹੀ ਨੂੰ ਬਚਾ ਲਓ, ਚਿੱਟਾ ਵਿਕ ਰਿਹਾ ਅਤੇ ਲੀਡਰ ਵਿਕਵਾ ਰਹੇ ਆ, ਪਰ ਕੌਣ ਸੁਣੇਗਾ ਇਸ ਬਾਪ ਦੀ ਪੁਕਾਰ, ਇਹ ਹਲੇ ਦੇਖਣਾ ਹੋਵੇਗਾ। ਪਰ ਇੱਕ ਵਾਰ ਇਹ ਖਬਰ ਤੁਸੀਂ ਸੁਣ ਲਓ, ਦੇਖ ਲਓ, ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਉਹਨਾਂ ਪਰਿਵਾਰਾਂ ਦਾ ਕੀ ਹਾਲ ਹੁੰਦਾ ਜਿਨ੍ਹਾਂ ਦੇ ਘਰ ਚਿੱਟਾ ਵੜ ਜਾਂਦਾ। ਮੇਰੀ ਨੌਹ ਜੀ ਵਕੀਲ ਹੈ, ਵਕੀਲ ਇਹ ਵੀ ਮਤਲਬ ਬੁਰਾ ਹਾਲ ਹੈ ਜੀ। ਅਰੋਲਮੈਂਟ ਅਸੀਂ ਇਹਦੀ ਨਹੀਂ ਕਰਾ ਸਕਦੇ ਜੀ, ਇੰਨਾ ਦਿਨ ਦਾ ਬੁਰਾ ਹਾਲ ਹੈ ਜੀ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਬਈ ਜੀ, ਇਹ ਬਚਾਓ ਜੀ, ਜੇ ਬਚ ਸਕਦੇ ਆ ਪੰਜਾਬ ਦੇ ਬੱਚੇ ਬਚਾ ਲਓ, ਪੰਜਾਬ ਦਾ ਨੌਜਵਾਨ ਬਚਾ ਲਓ। ਮੈਂ ਡਿਪਟੀ ਸਾਹਿਬ ਗਰੇਵਾਲ ਸਾਹਿਬ ਨੂੰ ਕਹਿੰਦਾ ਵੀ ਤੁਹਾਡੇ ਵੀ ਪੁੱਤ ਹੈ ਜੀ, ਤੁਹਾਡੇ ਵੀ ਗਾਂ ਪੋਤਰੇ ਹੋਣਗੇ, ਤੁਸੀਂ ਪੁੰਨ ਲੈ ਲਓ। SSP ਸਾਹਿਬ ਫਰੀਦਕੋਟ, DGP ਸਾਹਿਬ ਚੰਡੀਗੜ੍ਹ, ਪੁੰਨ ਲੈ ਲਓ, ਲੋਕਾਂ ਦੇ ਨੌਜਵਾਨਾਂ ਪੁੱਤਾਂ ਦਾ ਪੁੰਨ ਲੈ ਲਓ। ਕਿਆ ਮਤਲਬ ਜੀ, ਇਹ ਲੀਡਰਾਂ ਦੇ ਮਗਰ ਲਾ ਕੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕਦਮ ਕਰਨਾ ਚਾਹੁੰਦੇ ਹੋ। ਮੈਂ ਤਾਂ ਇਹ ਸੋਚਦਾ ਵੀ ਜੇਕਰ ਤੁਸੀਂ ਬੈਂਕ ਜੱਟ ਨੂੰ ਅੰਬਾਲੇ ਜਾ ਕੇ ਫੜ ਸਕਦੇ ਹੋ, ਬੰਬੇ ਜਾ ਕੇ ਫੜ ਸਕਦੇ ਹੋ, ਕੀ ਯਾਰ ਤੋਂ ਚਿੱਟਾ ਜੈਤੋ ਤਾਂ ਨਹੀਂ ਫੜੀ ਜਾਗਾ। ਇਹ ਤਾਂ ਤੁਸੀਂ ਕਹਿ ਦਿੱਤਾ ਵੀ ਅਸੀਂ ਜਾ ਕੇ ਮਾਰਤਾ, ਭੁੱਲਣ ਮਾਰਤਾ ਜੀ ਬੰਬੇ ਜਾ ਕੇ।
ਤੇ ਜੈਤੋ ਤੇ ਚਿੱਟਾ ਨਹੀਂ ਇਹਨਾਂ ਤੋਂ ਫੜਿਆ ਗਿਆ ਜੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਆ ਜੀ ਇਹਨਾਂ ਦਾ, ਮੈਨੂੰ ਤਾਂ ਪ੍ਰਸ਼ਾਸਨ ਦੀ ਸਮਝ ਨਹੀਂ, ਮੈਨੂੰ ਤਾਂ ਸਰਕਾਰ ਦੀ ਸਮਝ ਨਹੀਂ ਆਉਂਦੀ। ਠੀਕ ਆ, ਇਸ ਕਰਕੇ ਧੀਆ ਮੈਂ ਪੁਲਿਸ ਨੂੰ ਇਹ ਗੱਲ ਕਰਦਾ, ਤੁਹਾਡੇ ਪੁੱਤ ਤੀ ਵੀ ਨੌਜਵਾਨ ਹੈ, ਕੱਲ੍ਹ ਨੂੰ ਇਹ ਵੀ ਲੱਗ ਸਕਦੇ ਆ ਜਿਵੇਂ ਮੈਂ ਦੁਖੀ ਬੋਲ ਰਿਹਾ, ਜਿਵੇਂ ਮੈਂ ਦੁਖੀ ਬੋਲ ਰਿਹਾ। ਪੁਲਿਸ ਪ੍ਰਸ਼ਾਸਨ ਨੇ ਕੁਛ ਕੋਡ ਵਰਡ ਵੀ ਰੱਖੇ ਆ, ਮੰਨ ਲਓ ਜੇ ਮੈਂ ਸ਼ਿਕਾਇਤ ਕਰਦਾ ਤਾਂ ਉਹਨਾਂ ਤੋਂ ਜਿਹੜਾ ਕੋਈ ਮਤਲਬ ਇਹਨਾਂ ਦਾ ਲੈਣ ਦੇਣ ਹੋਊਗਾ ਉਹਦਾ ਕਰਕੇ ਕੀ ਕਹਿੰਦੇ ਆ ਬਈ ਕੋਲਗੀ ਵਾਲੇ ਆ ਗਏ ਅੱਗ ਜਵਾਬ ਸੰਭਾਲ ਲਓ, ਇਹ ਕੋਟ ਵਾਲੀ ਵੀ ਕੁਸ਼ਚਨ ਰੱਖਿਆ। ਠੀਕ ਹੈ ਗੱਲ, ਪਹਿਲਾਂ ਇਹਨਾਂ ਨੇ ਲੂਣ ਦਾ ਰੱਖਿਆ ਸੀ ਵੀ ਸੁਦਾਗਰ ਆ ਗਏ ਜੀ, ਉਦੋਂ ਸ਼ਰਮਾ ਜੀ ਸੀ ਇੱਕ ਆਪਣੇ ਮੈਂ ਸੀ ਏ ਸਟਾਫ ਉਸ ਵੇਲੇ ਇਹ ਕੋਟ ਵਾਲਾ ਸੀ, ਹੁਣ ਕੁਛ ਦਾ ਜਿਹੜਾ ਕੋਟ ਵਾਲਾ ਹੋ ਰਹੇ ਆ ਵੀ ਕੋਲਗੀ ਵਾਲੇ ਆ ਕੇ ਬੱਚੇ ਸੰਭਾਲ। ਜੈਤੋ ਦੇ ਵਿੱਚੋਂ ਚਿੱਟਾ ਨਹੀਂ ਖਤਮ ਹੋ ਸਕਦਾ ਜੀ, ਮੈਂ ਕਹਿੰਦਾ ਮੈਂ ਅੱਜ ਤੇਲ ਆ ਤੇਲ ਹੈ ਮੈਂ ਆਪਦੇ ਸਿਰ 'ਚ ਪਾ ਕੇ ਅੱਗ ਲਾਉਣੀ ਸੀ। ਇਹ ਪੱਤਰਕਾਰਾਂ ਨੇ ਜਿਹੜੇ ਆਪਣੇ ਪੱਤਰਕਾਰ ਆਏ ਜੀ ਮੇਰੇ ਤੋਂ ਡੱਬੀ ਖੋਹ ਕੇ ਵੀਰ ਪ੍ਰਤਾਪ ਪ੍ਰਧਾਨ ਜੀ ਨੂੰ ਖੜਾਤੀ ਨਹੀਂ, ਮੈਂ ਇੱਥੇ ਮਚਣਾ ਸੀ ਜੀ, ਅੱਜ ਮੈਂ ਮਚਣ ਦੀ ਵਾਪਸੀ ਆਇਆ ਸੀ ਇੱਥੇ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੈਂ ਕੈਪਟਨ ਨੂੰ ਮੈਂ ਇਹ ਗੱਲ ਕਹਿੰਦਾ ਵੀ ਸਾਡੀ ਜੈਤੋ 'ਚ ਚਿੱਟਾ ਬੰਦ ਕਰਾ, ਤੂੰ ਕਹਿੰਦਾ ਜੀ ਮੈਂ ਗੁਟਕਾ ਸਾਹਿਬ ਉਹਦੇ 'ਤੇ ਪਰਚਾ ਕੀਤਾ ਜਾਵੇ ਜੀ, ਕੈਪਟਨ 'ਤੇ ਪਰਚਾ ਕੀਤਾ ਜਾਵੇ 295 ਏ ਦਾ, ਜਿਹਨੇ ਮਤਲਬ ਝੂਠੀ ਕਸਮ ਖਾਧੀ ਗੁਟਕਾ ਸਾਹਿਬ ਦੀ ਬੰਡੇ ਖੜ ਕੇ ਅਤੇ ਪੰਜਵੇਂ ਤਖ਼ਤ ਨਹੀਂ ਮੂੰਹ ਕਰਿਆ ਦਮਦਮਾ ਸਾਹਿਬ ਮੂੰਹ ਕਰਕੇ ਉਹਨੇ ਸਹੁੰ ਖਾਧੀ ਵੀ ਮੈਂ ਚਿੱਟਾ ਮਤਲਬ ਜਿਹੜਾ ਨਸ਼ਾ ਮੈਂ 4 ਹਫ਼ਤੇ 'ਚ ਖਤਮ ਕਰ ਦੂੰਗਾ, ਉਹਦੇ 'ਤੇ ਪਰਚਾ ਵੀ ਨਾਲ ਹੋਣਾ ਚਾਹੀਦਾ ਜੀ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਅਤੇ ਮੈਂ ਇੱਥੋਂ ਦੇ ਲੀਡਰਾਂ ਨੂੰ ਵੀ ਬੇਨਤੀ ਕਰਦਾ, ਭਾਵੇਂ ਉਹ ਅਕਾਲੀ ਦਲ ਦੇ ਆ ਭਾਵੇਂ ਉਹ ਕਾਂਗਰਸ ਦੇ ਆ, ਮਿਲੀ ਭੁਗਤਣਾ ਉਹਨਾਂ ਦੇ ਨਾਲ ਵਿਕਦਾ। ਜੇਕਰ ਮਤਲਬ ਲੀਡਰ ਹੈ ਉਹ ਨਹੀਂ ਕਰਨਗੇ ਡਿਪਟੀ ਸਾਹਿਬ ਨੂੰ ਤਾਂ ਡਿਪਟੀ ਸਾਹਿਬ ਆਨੇ ਕੱਢ ਦੇਣਗੇ ਨਸ਼ਿਆਂ ਵਾਲਿਆਂ ਦੇ, ਕਿਉਂਕਿ ਕੋਈ ਵੀ ਲੀਡਰ ਉਹ ਹੈ ਉਹ ਕਰਦਾ ਡਿਪਟੀ ਸਾਹਿਬ ਇਹ ਤਾਂ ਮੈਂ ਕੌਣ ਮੇਰਾ ਜੀ ਇਹ ਡਿਪਟੀ ਸਾਹਿਬ ਤੂੰ ਜਾਈ ਨਾ, ਇਹ ਲੀਡਰਾਂ ਦੀ ਮਿਲੀ ਭੁਗਤੋਂ ਬਿਨਾਂ ਵਿਕਦਾ ਨਹੀਂ। ਹੋ ਸਕਦਾ ਇੱਥੋਂ ਦਾ MLA ਵਿਕਾਉਂਦਾ ਹੋਵੇ, ਹੋ ਸਕਦਾ ਇੱਥੋਂ ਦਾ ਕੋਈ ਹੋਰ ਲੀਡਰ ਵਿਕਾਉਂਦਾ, ਤਾਂ ਕਾਂਗਰਸੀ ਆ ਜੀ, ਪਹਿਲਾਂ ਅਕਾਲੀ ਵਿਕਾਉਂਦਾ ਸੀ ਹੁਣ ਕਾਂਗਰਸੀ ਆ। ਡਿਪਟੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਮੈਂ ਇਹਦਾ ਹੱਲ ਕਰਦਾ, ਪਤਾ ਨਹੀਂ ਕਰਨਗੇ ਕਿ ਨਹੀਂ ਕਰਨਗੇ, ਮੈਨੂੰ ਵਿਸ਼ਵਾਸ ਨਹੀਂ ਹੈ ਵੀ ਕਰਨਗੇ ਕਿ ਨਹੀਂ ਕਰਨਗੇ, ਕਿਉਂਕਿ ਮੈਂ ਤਾਂ ਡਿਪਟੀ ਸਾਹਿਬ ਕੋਲ ਆਇਆ ਸੀ, ਮੇਰੇ 3 ਮੁੰਡੇ ਆ, ਪਹਿਲਾਂ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਡਿਪਟੀ ਸਾਹਿਬ ਕੋਲ ਆਇਆ ਸੀ ਵੀ ਡਿਪਟੀ ਸਾਹਿਬ ਮੇਰੇ 2 ਮੁੰਡੇ ਚਿੱਟਾ ਲਾਉਂਦੇ ਆ, ਉਹਨਾਂ 'ਚੋਂ ਇੱਕ ਤਾਂ ਮੈਂ ਜਾ ਕੇ ਕਪੂਰਥਲੇ ਦਾਖਲ ਕਰਾਤਾ ਜੀ, ਕਪੂਰਥਲੇ ਆ ਜੀ, ਹੁਣ ਦੂਜਾ ਦਾਖਲ ਹੋਇਆ ਨਹੀਂ, ਤੀਜਾ ਜਿਹੜਾ ਮੇਰਾ ਛੋਟਾ ਨਾਬਾਲਗ ਹੈ ਉਹ ਵੀ ਪਰਸੋਂ ਮਤਲਬ ਹੁਣ ਪਰਸੋਂ ਨੂੰ ਚਿੱਟਾ ਲਾਇਆ ਜੀ, ਮੇਰੇ ਤਾਂ 3 ਲਾ ਕੇ ਮੈਂ ਤਾਂ ਮੈਂ ਚਲਾਇਆ ਸੀ, ਮੈਂ ਤਾਂ ਮਰਨਾ, ਮੈਂ ਹੁਣ ਮੇਰੀ 62 ਸਾਲ ਦੀ ਉਮਰ ਹੈ ਜੀ, ਮੈਂ ਕੀ ਕਰੂੰਗਾ, ਮੈਂ ਉਹਨਾਂ ਨੂੰ ਪਾਲੂੰਗਾ ਕਿ ਮੈਂ ਮਤਲਬ ਆਪਦਾ ਸਰੀਰ ਸੰਭਾਲੂੰਗਾ, ਮੇਰਾ ਸਰੀਰ ਹੀ ਮਤਲਬ ਲੱਤਾਂ ਵੀ ਕੰਮ ਨਹੀਂ ਕਰਦੀਆਂ। ਅੱਜ ਪਰਿਵਾਰ ਵੱਲੋਂ ਗੁਹਾਰ ਲਗਾਈ ਗਈ ਸੀ ਕਿ ਸ਼ਹਿਰ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਉਹ ਆਤਮਦਗਾ ਕਰਨ ਵਾਸਤੇ ਦਫ਼ਤਰ ਜੀ, ਸਰ ਕੀ ਕਹਿਣਾ ਚਾਹੁੰਦੇ? ਜੀ ਸਾਡੇ ਕੋਲ ਇਹ ਆਏ ਸੀਗੇ ਵੀ ਇਹਨਾਂ ਦੇ ਲੜਕੇ ਜਿਹੜੇ ਆ ਉਹ ਨਸ਼ਾ ਕਰਦੇ ਆ, ਚਾਨਣ ਸਿੰਘ ਦਾ ਲੜਕਾ ਨਿਸ਼ਾਨ ਸਿੰਘ, ਉਹਦੇ 'ਤੇ ਆਲਰੇਡੀ 3 NDPS ਦੇ ਪਰਚੇ ਦਰਜ ਨੇ 2018 ਅਤੇ 2019 ਦੇ ਵਿੱਚ। ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜੇ ਤੁਸੀਂ ਇਹਨਾਂ ਦਾ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਤੁਹਾਡੀ ਪੂਰੀ ਹੈਲਪ ਕਰਨ ਲਈ ਤਿਆਰ ਹਾਂ, ਉਹਨਾਂ ਨੂੰ ਐਡਮਿਟ ਕਰਾਉਣ ਲਈ ਤਿਆਰ ਹਾਂ, ਅਸੀਂ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ। ਜਿੱਥੋਂ ਤੱਕ ਨਸ਼ੇ ਵਾਲੀ ਗੱਲ ਆ ਉਹ ਅਸੀਂ ਘੱਟੋ ਘੱਟ ਹਫ਼ਤੇ 'ਚ 2 ਦਿਨ ਅਸੀਂ ਸਰਚ ਆਪਰੇਸ਼ਨ ਚਲਾਉਂਦੇ ਹਾਂ ਅਤੇ ਕਾਫ਼ੀ ਪਰਚੇ ਵੀ ਦਰਜ ਕੀਤੇ ਆ ਪਿੱਛੇ ਜੇ, ਮਤਲਬ ਅਸੀਂ ਇਹਨਾਂ 'ਤੇ ਇੱਕ ਮੁੰਡੇ ਦੀ ਡੈਥ ਹੋ ਗਈ ਸੀ ਨਸ਼ੇ ਕਾਰਨ, ਉਹਦੇ 'ਚ ਅਸੀਂ ਇਹਨਾਂ 'ਤੇ 304 ਦਾ ਮਰਡਰ ਦਾ ਪਰਚਾ ਦਰਜ ਕੀਤਾ ਹੈਗਾ ਜਿਹੜੇ ਬੰਦੇ ਨਸ਼ਾ ਵੇਚਣ ਨਸ਼ਾ ਵੇਚਣ ਵਾਲਿਆਂ ਦੇ ਲਈ ਕੋਈ ਨਰਮੀ ਵਾਲਾ ਰੁੱਖ ਨਹੀਂ ਪੁਲਿਸ ਨੇ ਤਿਆਰ ਕਰਨਾ ਕਦੇ ਵੀ ਨਾ ਕਰੂਗੀ, ਇਹਨਾਂ ਨਾਲ ਹਮੇਸ਼ਾ ਸਖਤੀ ਰੱਖੀ ਜਾਊਗੀ। ਫਿਰ ਵੀ ਅਸੀਂ ਚਾਨਣ ਸਿੰਘ ਨੂੰ ਅੱਜ ਵੀ ਅਸੀਂ ਇਹੀ ਕਿਹਾ ਵੀ ਜਿਹੜਾ ਤੇਰੇ ਬੱਚੇ ਆ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਾਉਣਾ, ਤੂੰ ਜੋ ਵੀ ਚਾਹੁੰਦਾ ਅਸੀਂ ਤੇਰੀ ਹਰ ਮਦਦ ਕਰਨ ਲਈ ਤਿਆਰ ਹਾਂ, ਅਸੀਂ ਵੀ ਜਿਹੜੇ ਚਿੱਟਾ ਸ਼ਰਿਆਂ ਵੇਚ ਰਹੇ ਜੱਜ ਦੇ ਵਿੱਚ ਉਹਨਾਂ ਦੇ ਇਹਨਾਂ ਨੇ ਇਹਨਾਂ ਦੇ ਲੜਕੇ ਨੇ 2 ਤਾਂ ਵੀ ਇਹਨਾਂ ਨੂੰ ਪੁੱਛੋ ਜੀ, ਉਹ ਅਸੀਂ ਬਸ ਹੁਣੇ ਲਿਆ ਕੇ ਅਸੀਂ ਜਿਹੜੇ 1-2 ਬੰਦੇ ਦੱਸੇ ਆ ਉਹ ਅਸੀਂ ਇਹਨਾਂ ਨੂੰ ਨਾਲ ਲੈ ਕੇ ਅਸੀਂ ਸਰਚ ਆਪਰੇਸ਼ਨ ਕਰਾਂਗੇ, ਪੂਰੀ ਤਸੱਲੀ ਕਰਾਵਾਂਗੇ, ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਕਰਾਂਗੇ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ 'ਤੇ ਅੱਜ ਨਵੇਂ ਹੋ ਅਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ। ਅਗਰ ਤੁਹਾਡਾ ਕੋਈ ਸੁਝਾਅ ਤਾਂ ਤੁਸੀਂ ਵੀਡੀਓ ਦੇ ਬਿਲਕੁਲ ਹੇਠਾਂ
कमेंट बॉक्स के अपना सुझाव दे सकते हो। तो अगर साडा तरदद साडी कोशिश साडी खबर चंगी लगती है तो अपने दोस्तों नाल अपने बाकी ग्रुपां दे विच शेयर जरूर कर दिओ। नमस्कार जी, मैं